ਸਰ ਕਿਵੇਂ ਸਮਝੀਏ ਦੇਖੋ ਸਰ ਜਿਵੇਂ ਬਿਰਾਗੀ ਸਾਹਿਬ ਨੇ ਵੀ ਕਿਹਾ ਕਹਿੰਦੇ ਸਿਆਸੀ ਪਰਛਾਵੇਂ ਪੈੰਦੇ ਹੀ ਕੰਮ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਉਥੇ ਜਦੋਂ ਆਪਾਂ ਕਹਿੰਨੇ ਆ ਮਾਈ ਨੀਅਰ ਮੇਰੇ ਨੇੜਲੇ ਆ ਤੇ ਇਹ ਸਾਡੇ ਆ ਇਹਨਾਂ ਦੇ ਕਾਗਜ਼ 'ਤੇ ਹਲ ਰੱਖੀਏ ਠੀਕ ਰੱਖੀਏ ਦੂਜਾ ਜਿਹੜਾ ਵਿਰੋਧੀ ਧੜੇ ਦਾ ਹੈਗਾ ਉਹਦੇ ਖਾਰਜ ਕਰਵਾ ਦਈਏ ਸਟੇ ਲਗਵਾ ਦਈਏ ਕੋਈ ਨਾ ਕੋਈ ਗਲਤੀ ਕਢਾ ਦਈਏ ਫਿਰ ਉਸ ਤੋਂ ਬਾਅਦ ਜੇ ਬਣ ਵੀ ਜਾਂਦਾ ਤੇ ਫਿਰ ਆਪਾਂ ਉਹਨਾਂ ਨੂੰ ਗਰੰਟਾ ਰੁਕਵਾ ਦਈਏ ਸਰ ਇਹ ਹੁੰਦਾ ਕੀ ਨਹੀਂ ਹੁੰਦਾ ਸਰ ਸਿਆਸੀ ਪਰਛਾਵੇਂ ਨਾਲ ਹੀ ਹੁੰਦਾ ਸਰ ਕੰਮ ਦੇਖੋ ਵਾਲੀਆ ਸਾਹਿਬ ਗੱਲ ਇਹ ਆ ਜਦੋਂ ਵੱਡੇ ਕੋਈ ਸਿਆਣੇ ਬੰਦੇ ਪ੍ਰਵਚਨ ਕਰਦੇ ਆ ਨਾ ਉਹ ਪ੍ਰਵਚਨ ਚੰਗੇ ਬਹੁਤ ਲੱਗਦੇ ਆ ਹਮ ਪਰ ਜੇ ਉਹ ਜਿਹੜਾ ਪ੍ਰਵਚਨ ਕਰਨ ਵਾਲਾ ਖੁਦ ਉਹਦੇ ਤੇ ਅਮਲ ਨਾ ਕਰਦਾ ਹੋਵੇ ਫੇਰ ਉਹ ਬਹੁਤ ਸਭ ਤੋਂ ਵੱਡੀ ਪ੍ਰੋਬਲਮ ਉੱਥੇ ਹੁੰਦੀ ਹੈਗੀ ਹਮ ਦੇਖੋ ਪ੍ਰਵਚਨ ਦਾ ਕਰਤਾ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਵੀ ਚੰਗਾ ਲੱਗਦਾ ਔਰ ਚੰਗਾ ਵੀ ਹੈ ਪਰ ਪ੍ਰਧਾਨ ਸਾਹਿਬ ਦੀ ਤੁਸੀਂ ਗੱਲ ਸੁਣੀ ਜਿਹੜੀ ਸਾਡੀ ਪਹਿਲਾਂ ਤਾਂ ਡੈਮੋਕ੍ਰੇਸੀ ਦੀ ਮੁੱਢਲੀ ਇਕਾਈ ਹੈਗੀ ਆ ਪੰਚੀ ਸਰਪੰਚੀ ਉਹ ਅਸੀਂ 1 ਲੱਖ ਬੰਦੇ ਦਾ ਗਲਾ ਘੋਟਤਾ ਉਹਨਾਂ ਦੀ ਡੈਮੋਕ੍ਰੇਸੀ ਦਾ ਗਲਾ ਘੋਟਤਾ ਉਹਨਾਂ ਨੂੰ 6 ਮਹੀਨੇ ਪਹਿਲਾਂ ਫਰਕ ਕਰਤਾ ਠੀਕ ਹੈ ਔਰ ਅਸੀਂ ਰੋਜ਼ ਗਵਰਨਰ ਗਵਰਨਰ ਨਾਲ ਖੇਡਦੇ ਆ ਅਸੀਂ ਨਹੀਂ ਕਹਿੰਦੇ ਗਵਰਨਰ ਸਾਹਿਬ ਚੰਗਾ ਕਰਦੇ ਆ ਮਾੜਾ ਕਰਦੇ ਆ ਕੀ ਕਰਦੇ ਆ ਪਰ ਤੁਸੀਂ ਕਹਿੰਦੇ ਹੋ ਵੀ ਸਾਡੀ ਡੈਮੋਕ੍ਰੇਸੀ ਦਾ ਗਲਾ ਘੁੱਟ ਲਿਆ ਗਵਰਨਰ ਸਾਹਿਬ ਤੇ ਤੁਸੀਂ ਕੀ ਕੀਤਾ ਪਹਿਲਾਂ ਆਪਦੀ ਪੀੜੀ ਥੱਲੇ ਸੁੱਟਦਾ ਫੇਰ ਲੋ ਨਾ ਤੁਸੀਂ ਬਲਾਕ ਸੰਪਤੀਆਂ ਇਹ ਪੰਚਾਇਤਾਂ ਸਾਰੀਆਂ ਤੁਸੀਂ 6 ਮਹੀਨੇ ਤੋਂ ਵੱਧ ਭੰਗ ਕਿਉਂਕਿ 31 ਦਸੰਬਰ ਨੂੰ ਇਲੈਕਸ਼ਨ ਹੋਏ ਸੀ ਉਹ 218 ਨੂੰ ਔਰ ਇਹਨਾਂ ਨੂੰ ਸੌਂਚਕਾਈ ਗਈ ਸੀ 11 ਜਨਵਰੀ ਤੋਂ 11 ਜਨਵਰੀ ਉਹਦੇ ਨੇੜੇ ਤੇੜੇ ਔਰ ਉਸ ਤੋਂ ਬਾਅਦ ਇਹਨਾਂ ਦਾ 6 5 ਸਾਲ ਦਾ ਜਿਹੜਾ ਪੀਰੀਅਡ ਆ ਬਣਦਾ ਹੈ ਪੀੜ ਤਾਂ ਜੇ ਕਾਨੂੰਨ ਤਹਿ ਕਹਿੰਦਾ ਵੀ ਜਦੋਂ ਪਹਿਲੀ ਸਰਪੰਚੀ ਦੀ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਆਪਾਂ 5 ਸਾਲ ਗਿਣਨੇ ਆ ਔਰ ਉਹ ਅੱਜ ਹੋਇਆ ਕੀ 6 ਮਹੀਨੇ ਪਹਿਲਾਂ ਘਰਾਂ ਨੂੰ ਤੋੜਤੇ ਮੁੱਢਲੀ ਕਾਇਦਾ ਸੀ ਗਲਾ ਘੁੱਟਤਾ ਔਰ ਅਗਲੀ ਗੱਲ ਜਿਹੜੇ ਪੈਸੇ ਇਹਨਾਂ ਨੂੰ ਆਏ ਵੇ ਸੀ ਉਹ ਤੁਸੀਂ ਵਾਪਸ ਲੈ ਲੇ ਔਰ ਵਾਪਸ ਲੈਣ ਤੋਂ ਬਾਅਦ ਹੁਣ ਨਵਾਂ ਫਰਮਾਨ جاری ਕਰਤਾ ਵੀ ਜਿਹੜਾ ਬੰਦੇ ਦੀ ਦੇਣਦਾਰੀ ਸਰਪੰਚ ਦੀ ਪਈ ਐ ਉਹ ਸਰਪੰਚ ਭੁਗਤੂਗਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਨਵਾਂ ਸਰਪੰਚ ਨੇ ਕਿਹਾ ਵੀ ਮੈਂ ਕਿਉਂ ਦੇਵਾਂ ਆ ਕੇ ਪੁਰਾਣਾ ਸਰਪੰਚ ਦੇ ਨਾਲ ਡਾਂਗ ਸੁੱਟਾ ਤੁਸੀਂ ਪਹਿਲਾਂ ਕਰਾਤਾ ਪੁਰਾਣੇ ਸਰਪੰਚ ਦਾ ਨਵੇਂ ਸਰਪੰਚ ਦਾ ਡਾਂਗ ਸੁੱਟਾ ਕਰਾ ਲਿਆ ਜਨੈਨੀ ਮਸਲੀ ਚਲੋ ਵੋਟਾਂ ਨਾਲ ਚਣੋ ਡਾਂਗ ਸੁੱਟਣਾ ਪਿੰਡ ਚ ਤੋਂ ਹੀ ਸ਼ੁਰੂ ਕਰਤਾ ਕਰਵਾਤਾ ਪਰ ਤੁਸੀਂ ਇਲੈਕਸ਼ਨ ਪਹਿਲਾਂ ਕਿਉਂ ਭੰਗ ਕਿਉਂ ਕੀਤੀ ਐ ਤੁਸੀਂ ਬਹਾਮ ਰੋੜ ਰਹੇ ਸੀ ਜਿਹੜਾ ਤੁਹਾਡਾ ਪੜਨਾ ਪਉਂਦਾ ਸੀ ਉਹ ਠੀਕ ਸੀ ਪਰ ਮੈਂ ਲੋਕਾਂ ਨੇ ਪਾਏ ਨਹੀਂ ਤਾਂ ਤੁਸੀਂ ਭੰਗ ਕਰਤੀਆਂ ਔਰ ਅਗਲੀ ਗੱਲ ਮੈਂ ਤੁਹਾਨੂੰ ਹੋਰ ਇਤੋਂ ਦਾ ਨਵਾਂ ਕੰਮ ਦੱਸੂਗਾ ਜਿਹੜਾ ਕਦੇ ਅਸੀਂ ਰਾਜਨੀਤੀ ਦੇਖਿਆ ਨਹੀਂ ਸੀ ਵੀਡੀਓ ਨੂੰ ਕਿਹਾ ਵੀ ਚਾਹੇ ਬਲਾਕ ਸਮਤੀ ਦੇ ਚੈੱਕ ਨੇ ਜਾਂ ਦੂਜੇ ਤੀਜੇ ਨੇ ਜਿਹੜੇ ਬਲਾਕ ਸਮਤੀ ਦੇ ਥਰੂ ਆਉਂਦੇ ਨੇ ਫੰਡ ਵੀ ਲਿਆ ਚੈੱਕ ਇਹ ਚੇਅਰਮੈਨ ਦੇ ਥਰੂ ਨਹੀਂ ਜਾਣੇ ਇਹ ਅਸੀਂ ਦੇਵਾਂਗੇ ਉਹ ਐਮਐਲਏ ਨੇ ਲੈ ਲੈ ਉਹ ਉਹ ਉਹਨਾਂ ਦਾ ਗਲਾ ਕੁੱਟੇ ਨੂੰ 1.5 ਸਾਲ ਹੋ ਗਿਆ ਵਿਚਾਰਿਆਂ ਨੂੰ ਬਲਾਕ ਸਮਤੀ ਵਾਲਿਆਂ ਦਾ ਇਹ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਮੈਂ ਪਹਿਲਾਂ ਕਿਹਾ ਪ੍ਰਵਚਨ ਬਹੁਤ ਵਧੀਆ ਨੇ ਪਰ ਉਹਨਾਂ ਦੇ ਅਮਲ ਵਾਸਤੇ ਤੁਸੀਂ ਤਾਂ ਪਹਿਲਾਂ ਹੀ ਲੜਾਈ ਸ਼ੁਰੂ ਕਰਾਤੀ ਉਹਨਾਂ ਦੇ ਇੱਕ ਸਰਪੰਚ ਕਿੱਥੋਂ ਪੱਲੇਉਂਦੇ ਹੋਊਗਾ ਜੇ ਉਹ ਪੈਸੇ ਦੇਈਗਾ ਸੁਖਦੇਵ ਜੀ ਸੁਖਦੇਵ ਜੀ ਸਰਪੰਚਾਂ ਦੀ ਗੱਲ ਹੈ ਜਦੋਂ ਸਰਕਾਰ ਬਦਲਦੀ ਹੈ ਤੇ ਕੀ ਇਹ ਜਾ ਰਿਹਾ ਸੀਗਾ ਕਿ ਪਹਿਲੇ ਮਤਲਬ ਕਿ ਭੁੱਲਰ ਸਾਹਿਬ ਦੱਸ ਦੇਣਗੇ ਜਦੋਂ ਤੁਸੀਂ ਕਹਿ ਰਹੇ ਸੀ ਤੁਸੀਂ ਸਰਕਾਰ ਸੰਭੀ ਸੀਗੀ ਕਿ ਅਕਾਲੀ ਦਲ ਨੇ ਜਾਂਦੇ ਜਾਂਦੇ ਆ ਸਮਝੌਤੇ ਕਰਤੇ ਆਹ ਵਾਲਾ ਜਿਹੜਾ ਸੀਗਾ ਮਤਲਬ ਕਿ ਸੈਂਟਰ ਤੋਂ ਜਿਹੜਾ ਇੱਕਦਮ ਹੀ ਕਰਤਾ ਤੇ ਹੁਣ ਤੁਹਾਡੀ ਸਰਕਾਰ ਨੂੰ ਜਾਣਾ ਪੈਣਾ ਸਰਕਾਰ ਤੋਂ ਸਰਕਾਰ ਸਰ ਟ੍ਰਾਂਸਫਰ ਹੁੰਦੇ ਆ ਪੰਚ ਤੋਂ ਪੰਚ ਸਰਪੰਚ ਤੋਂ ਸਰਪੰਚ ਫਿਰ ਉਸ ਮਾਇਨੇ ਚ ਇਹਨੂੰ ਦੇਖੀਏ ਕਿ ਇਹਨੂੰ ਇੰਡੀਵਿਜੂਅਲ ਦੇਖ ਲਈਏ ਨਹੀਂ ਮੈਂ ਕਹਣਾ ਤੁਸੀਂ ਕਿਸੇ ਵੀ ਮਾਮਲੇ ਚ ਦੇਖੋ ਕੋਈ ਵੀ ਕੋਈ ਵੀ ਸਰਕਾਰ ਨੇ ਅੱਜ ਤੱਕ ਦੇਖੋ ਤੁਹਾਡੇ ਕੀ ਪਿੱਛੇ ਸਮਝੌਤੇ ਹੋਏ ਨੇ ਉਹ ਹੈ ਇਹਦਾ ਇਲੈਕਸ਼ਨ ਦੀ ਗੱਲ ਹੈ ਇਹ ਉਸ ਸਰਪੰਚ ਦੀ ਜਿਹੜੀ ਖਰਚੇ ਦੀ ਗੱਲ ਹੈ ਉਹਨੇ ਖਰਚ ਕੀਤਾ ਠੀਕ ਹੈ ਤੁਸੀਂ ਉਹਦੇ ਤੇ ਕੋਈ ਇਨਕੁਆਇਰੀ ਕਰਨੀ ਹੈ ਕੋਈ ਉਹ ਤਾਂ ਤੁਸੀਂ ਕਰੋ ਪਰ ਜੇ ਕਿਸੇ ਦੇ ਪੈਸੇ ਲੱਗੇ ਨੇ ਉਹ ਦੇਖੋ ਕੋਈ ਵੀ ਬੰਦਾ बिजनेসম্যান ਆ ਦੁਕਾਨਦਾਰ ਆ ਸਰਪੰਚ ਦੀ ਸਾਡੇ ਦੀ ਸਮਾਜ ਇੰਨੀ ਕੁ ਟੌਰ ਹੁੰਦੀ ਹੈ ਇੰਨੀ ਕਿ ਜਿੱਤ ਹੁੰਦੀ ਹੈ ਵੀ ਉਹਦੇ ਕਹੇ ਤੇ ਪੈਸੇ ਦੇ ਦਿੰਦਾ ਸਰਪੰਚ ਨੇ ਕੰਮ ਕਰਾ ਲਿਆ ਹੁਣ ਹੁਣ ਤੁਸੀਂ ਕਹਿੰਦਾ ਸੀ ਪੈਸੇ ਨਹੀਂ ਦੇਣੇ ਪੈਸੇ ਅਸੀਂ ਵਾਪਸ ਕਰ ਲੈ ਜਾਂ ਅਸੀਂ ਦੇਣੇ ਨਹੀਂ ਤੇ ਫਿਰ ਸਰਪੰਚ ਕਿੱਥੇ ਜਾਊਗਾ ਹੁਣ ਨਵਾਂ ਸਰਪੰਚ ਤੁਸੀਂ ਜਨੈਨੀ ਮਸਲੀ ਚੁਣ ਲੋ ਉਹ ਕਹੂਗਾ ਪਿਛਲੇ ਦੇ ਪੈਸੇ ਮੈਂ ਕਿਉਂ ਦੇਵਾਂ ਚਲ ਢਾਂ ਸੋਟਾ ਹੋ ਗਿਆ ਕਿ ਨਹੀਂ ਹੋ ਗਿਆ ਜੀ ਮੈਨੂੰ ਇਹ ਦੱਸੋ ਸਰਪੰਚ ਨੇ ਘਰ ਵੇਚ ਕੇ ਤਾਂ ਦੇਣਾ ਨਹੀਂ ਉਹਨੇ ਆਪਣੀ ਜ਼ਮੀਨ ਤਾਂ ਵੇਚਣੀ ਨਹੀਂ ਠੀਕ ਹੈ ਇਸ ਕਰਕੇ ਬਾਲਗਿਆ ਸਾਹਿਬ ਅਸੀਂ ਮੈਂ ਜਿਵੇਂ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤਰਕ ਸੰਗਤ ਗੱਲਾਂ ਕਰੀਏ ਜੇ ਸਰਕਾਰ ਨੇ ਕੋਈ ਪਲਾ ਕਰਦੀ ਸੀ ਪਹਿਲਾਂ ਤਾਂ ਇਹਨਾਂ ਦਾ 6 ਮਹੀਨੇ ਦਾ ਪੀਰੀਅਡ ਉਹ ਬਹਾਲ ਕਰੇ ਇਹਨਾਂ ਤੋਂ ਕੰਮ ਲਵੇ 6 ਮਹੀਨੇ ਔਰ ਇਹਨਾਂ ਦੀ ਇੰਨਾ ਵੀ ਤੁਸੀਂ ਪਿੰਡ ਦੇ ਲੋਕਾਂ ਦੀ ਪਿੰਡ ਦੇ ਸਰਪੰਚਾਂ ਦੀ ਤੁਸੀਂ ਉਹਦੇ ਤੇ ਬੇਭਰੋਸਗੀ ਨਾ ਕਰੋ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਾ ਕਰੋ ਮੇਰੀ ਹੱਥ ਬੰਨ ਕੇ ਬੇਨਤੀ ਹੈ